सबसक्राइब करो निडर आवाज टीवी नू ते ताजा वीडियोस पाउन ले बेल दा बटन दबाओ। ਜੀ ਚਾਂਦਕ ਮੈਡੀਕਲ ਸਟੋਰ ਵਾਲੇ ਜਿਹੜੇ ਹੈਗੇ ਨੇ ਜਿਨ੍ਹਾਂ ਦੀ ਥੋੜੀਆਂ ਜਿਹੀਆਂ ਪ੍ਰੋਬਲਮਸ ਸਾਡੇ ਲਈ ਜਿਹੜੀਆਂ ਉਹ ਕ੍ਰੀਏਟ ਕਰ ਦਿੱਤੀਆਂ ਨੇ ਕਿ ਜਦੋਂ ਉਹ ਪ੍ਰੈਸ਼ਰ ਪਾ ਰਹੇ ਨੇ ਕਿ ਅਗਰ ਤੁਸੀਂ ਇਹਨਾਂ ਨੂੰ ਮੈਡੀਸਿਨਸ ਦੋਗੇ ਇਹ ਸਸਤੀਆਂ ਵੇਚਦੇ ਨੇ ਤੇ ਅਸੀਂ ਤੁਹਾਡੇ ਕੋਲੋਂ ਮੈਡੀਸਿਨਸ ਨਹੀਂ ਲਵਾਂਗੇ। ਹੁਣ ਇੱਕ ਪਾਸੇ ਉਹ ਸਾਰੇ ਨੇ ਤੇ ਇੱਕ ਪਾਸੇ ਮੈਂ ਇਕੱਲੀ ਹਾਂ। ਵੀਰ ਜੀ ਮੈਂ ਬਹੁਤ ਦੂਰੋਂ ਦੂਰੋਂ ਮੈਡੀਸਿਨਸ ਲੈ ਕੇ ਆ ਰਹੀ ਹਾਂ, ਮੈਨੂੰ ਹੀ ਪਤਾ ਮੈਂ ਕਿੱਦਾਂ ਅਰੇਂਜ ਕਰ ਰਹੀ ਹਾਂ ਤਾਂ ਕਿ ਲੋਕਾਂ ਨੂੰ ਖੱਜਲ ਖਰਾਬੀ ਨਾ ਹੋਵੇ। ਜਿੱਦਾਂ ਹੁਣ ਮੰਨ ਲਓ ਕੋਈ 10 ਰੁਪਏ ਦੀ ਚੀਜ਼ ਆ, ਉਹਦਾ MRP 100 ਰੁਪਏ ਆਇਆ। ਮੈਂ ਚਾਹੁੰਦੀ ਹਾਂ ਕਿ ਮਤਲਬ ਸਾਡੀਆਂ ਕੰਪਨੀਆਂ ਨੂੰ ਵੀ ਚਾਹੀਦਾ ਕਿ ਘੱਟ ਤੋਂ ਘੱਟ MRP ਲਗਾਇਆ ਜਾਵੇ ਉਹਨਾਂ ਉੱਪਰ ਤਾਂ ਕਿ ਹਰ ਬੰਦਾ ਅਫੋਰਡ ਕਰ ਸਕੇ। ਸ਼ਹਿਰ ਵਾਸੀਆਂ ਵੱਲੋਂ ਬਹੁਤ ਵਧੀਆ ਰਿਸਪੌਂਸ। ਪੱਟੀ ਵਿੱਚ ਖੁੱਲੇ ਮੋਦੀਖਾਨੇ ਤੋਂ ਸਹਿਮੇ ਕੈਮਿਸਟ। ਕੈਮਿਸਟਾਂ ਨੇ ਗੁਰੂ ਨਾਨਕ ਮੋਦੀਖਾਨੇ ਦੀਆਂ ਦਵਾਈਆਂ ਦੀ ਸਪਲਾਈ ਕੀਤੀ ਬੰਦ। ਜਿੱਥੇ ਗੁਰੂ ਨਾਨਕ ਮੋਦੀਖਾਨਾ ਜਾਇਜ਼ ਕੀਮਤਾਂ 'ਤੇ ਦਵਾਈ ਮੁਹੱਈਆ ਕਰਵਾ ਰਿਹਾ ਹੈ, ਉੱਥੇ ਹੀ ਇੱਥੋਂ ਦੇ ਵਸਨੀਕਾਂ ਲਈ ਮੋਦੀਖਾਨਾ ਵਰਦਾਨ ਸਾਬਿਤ ਹੋ ਰਿਹਾ ਹੈ ਅਤੇ ਕੈਮਿਸਟਾਂ 'ਤੇ ਭਾਰੂ ਪੈਂਦਾ ਵੀ ਨਜ਼ਰ ਆ ਰਿਹਾ ਹੈ। ਗੁਰੂ ਨਾਨਕ ਮੋਦੀਖਾਨੇ ਦੀ ਲਾਗਤ ਵੱਧਦੀ ਦੇਖ ਕੈਮਿਸਟਾਂ ਨੇ ਮੋਦੀਖਾਨੇ ਦੀ ਸਪਲਾਈ ਨੂੰ ਬੰਦ ਕਰਵਾ ਦਿੱਤਾ ਹੈ। ਕੀ ਕਹਿਣਾ ਹੈ ਮੋਦੀਖਾਨੇ ਦੀ ਮਾਲਕਣ ਰਮਿੰਦਰਜੀਤ ਕੌਰ ਦਾ, ਸੁਣੋ ਉਹਨਾਂ ਦੀ ਜ਼ੁਬਾਨੀ। ਜਿੱਦਾਂ ਅੱਜ ਕੱਲ੍ਹ ਤੁਹਾਨੂੰ ਪਤਾ ਸਾਰਿਆਂ ਨੂੰ ਕਿ COVID-19 ਚੱਲਦਾ ਪਿਆ ਆ, ਬਹੁਤ ਲੋਕਾਂ ਦੀਆਂ ਜੋਬ ਚਲੇ ਗਈਆਂ, ਫਾਈਨੈਂਸ਼ੀਅਲ ਪ੍ਰੋਬਲਮਸ ਆ ਗਈਆਂ। ਮੈਂ ਬਹੁਤ ਸਾਰੇ ਇੱਥੇ ਗਰੀਬ ਦਿਹਾੜੀਦਾਰ ਦੇਖੇ ਜਿਨ੍ਹਾਂ ਦੇ ਕੋਲ ਮੈਡੀਸਿਨਸ ਬਾਏ ਕਰਨ ਲਈ ਪੈਸੇ ਨਹੀਂ ਸੀਗੇ, ਔਰ ਅੱਜ ਕੱਲ੍ਹ ਸਾਰੇ ਪ੍ਰਿੰਟ ਰੇਟ ਲਗਾ ਕੇ ਦੇ ਰਹੇ ਨੇ। ਸੋ ਮੈਨੂੰ ਇਹ ਲੱਗਾ ਕਿ ਮੈਡੀਸਿਨ ਜਿਹੜੀ ਬਹੁਤ ਸਸਤੀ ਵੀ ਆਉਂਦੀ ਆ, ਜਿਹੜੀ ਆਪਾਂ ਲੋਕਾਂ ਨੂੰ ਪ੍ਰਿੰਟ ਰੇਟ 'ਤੇ ਜੇ ਨਾ ਲਈਏ ਤਾਂ ਹਰ ਕੋਈ ਅਫੋਰਡ ਕਰ ਸਕਦਾ ਹੈ। ਮਾਰਜਨ ਤੇ ਚਲੋ ਘੱਟ ਗਏ, ਬਟ ਮੈਂ ਚਾਹੁੰਦੀ ਕਿ MRP ਬਹੁਤ ਜ਼ਿਆਦਾ ਆ, ਰਾਈਟ? ਜਿੱਦਾਂ ਹੁਣ ਮੰਨ ਲਓ ਕੋਈ 10 ਰੁਪਏ ਦੀ ਚੀਜ਼ ਆ, ਉਹਦਾ MRP 100 ਰੁਪਏ ਆਇਆ। ਮੈਂ ਚਾਹੁੰਦੀ ਹਾਂ ਕਿ ਮਤਲਬ ਸਾਡੀਆਂ ਕੰਪਨੀਆਂ ਨੂੰ ਵੀ ਚਾਹੀਦਾ ਕਿ ਘੱਟ ਤੋਂ ਘੱਟ MRP ਲਗਾਇਆ ਜਾਵੇ ਉਹਨਾਂ ਉੱਪਰ ਤਾਂ ਕਿ ਹਰ ਬੰਦਾ ਅਫੋਰਡ ਕਰ ਸਕੇ। ਸ਼ਹਿਰ ਵਾਸੀਆਂ ਵੱਲੋਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ। ਚਾਂਦਕ ਮੈਡੀਕਲ ਸਟੋਰ ਵਾਲੇ ਜਿਹੜੇ ਹੈਗੇ ਨੇ ਜਿਨ੍ਹਾਂ ਦੀ ਥੋੜੀਆਂ ਜਿਹੀਆਂ ਪ੍ਰੋਬਲਮਸ ਸਾਡੇ ਲਈ ਜਿਹੜੀਆਂ ਉਹ ਕ੍ਰੀਏਟ ਕਰ ਦਿੱਤੀਆਂ ਨੇ ਕਿ ਜਦੋਂ ਉਹ ਪ੍ਰੈਸ਼ਰ ਪਾ ਰਹੇ ਨੇ ਕਿ ਅਗਰ ਤੁਸੀਂ ਇਹਨਾਂ ਨੂੰ ਮੈਡੀਸਿਨਸ ਦੋਗੇ ਇਹ ਸਸਤੀਆਂ ਵੇਚਦੇ ਨੇ ਤੇ ਅਸੀਂ ਤੁਹਾਡੇ ਕੋਲੋਂ ਮੈਡੀਸਿਨਸ ਨਹੀਂ ਲਵਾਂਗੇ। ਹੁਣ ਇੱਕ ਪਾਸੇ ਉਹ ਸਾਰੇ ਨੇ ਤੇ ਇੱਕ ਪਾਸੇ ਮੈਂ ਇਕੱਲੀ ਹਾਂ। ਵੀਰ ਜੀ ਮੈਂ ਬਹੁਤ ਦੂਰੋਂ ਦੂਰੋਂ ਮੈਡੀਸਿਨ ਲੈ ਕੇ ਆ ਰਹੀ ਹਾਂ, ਮੈਨੂੰ ਹੀ ਪਤਾ ਮੈਂ ਕਿੱਦਾਂ ਅਰੇਂਜ ਕਰ ਰਹੀ ਹਾਂ ਤਾਂ ਕਿ ਲੋਕਾਂ ਨੂੰ ਖੱਜਲ ਖਰਾਬੀ ਨਾ ਹੋਵੇ। ਬਿਲਕੁਲ, ਮੈਨੂੰ ਸਾਰਿਆਂ ਨੂੰ ਇਹ ਕਿ ਅਗਰ ਮੈਂ ਸਾਰਿਆਂ ਨੂੰ ਪ੍ਰੋਵਾਈਡ ਕਰਵਾ ਰਹੀ ਹਾਂ ਮੈਡੀਸਿਨ ਤੇ ਪਲੀਜ਼ ਸਾਰੇ ਜਣੇ ਸਾਡਾ ਸਾਥ ਦਿਓ ਤਾਂ ਕਿ ਕੋਈ ਵੀ ਗਰੀਬ ਜਿਹੜਾ ਦਵਾਈ ਤੋਂ ਬਿਨਾਂ, ਮਤਲਬ ਤੁਹਾਨੂੰ ਵੀ ਪਤਾ ਕਿ ਕੋਈ ਵੀ ਬੰਦਾ ਆ ਜਿਹੜਾ ਦਵਾਈ ਨਹੀਂ ਅਫੋਰਡ ਕਰ ਸਕਦਾ, ਮਸਾਂ ਅਗਲਿਆਂ ਦੇ ਘਰਾਂ ਦੀ ਰੋਟੀ ਚੱਲਦੀ ਹੈ। ਸੋ ਮੈਂ ਚਾਹੁੰਦੀ ਕਿ ਅਸੀਂ ਸਾਰਿਆਂ ਨੂੰ ਸਸਤੀਆਂ ਦੇਈਏ ਤਾਂ ਕਿ ਹਰ ਕੋਈ ਅਫੋਰਡ ਕਰ ਸਕੇ। ਬਹੁਤ ਘੱਟ ਰੇਟ ਤੇ ਵੀਰ ਜੀ, ਦੇਖੋ ਹੁਣ ਕਈ ਲੋਕ ਨੇ ਜਿਨ੍ਹਾਂ ਦੇ ਕੋਲ ਸਾਨੂੰ ਦੇਖਦਾ ਹੀ ਆ ਕਿ ਉਹਨਾਂ ਕੋਲ ਪੈਸੇ ਨਹੀਂ ਹੈਗੇ, ਠੀਕ ਆ? ਅਕਸਰ ਅਸੀਂ ਵੀ ਇਨਸਾਨ ਆ, ਸਾਨੂੰ ਵੀ ਦਰਦ ਹੁੰਦਾ। ਮੈਂ ਉਹਨਾਂ ਨੂੰ ਫ੍ਰੀ ਆਫ ਕੋਸਟ ਦੇ ਰਹੀ ਹਾਂ ਜਿੰਨੇ ਜੋਗੀ ਮੈਂ ਹੈਗੀ ਹਾਂ। ਸੋ ਮੇਰੀ ਲੋਕਾਂ ਦਾ ਵੀ ਮੰਨਿਆ ਕਿ ਅਗਰ ਜਿਹੜੇ ਅਫੋਰਡ ਕਰ ਸਕਦੇ ਨੇ ਸਾਨੂੰ, ਜਿੱਦਾਂ ਨੋਰਮਲ ਮੈਡੀਸਨ ਦੇ, ਖੰਘ ਬੁਖਾਰ ਸ਼ੂਗਰ ਦੀਆਂ, ਜੇ ਸਾਨੂੰ ਉਹ ਫ੍ਰੀ ਡੋਨੇਟ ਕਰਨਗੇ ਤੇ ਅਸੀਂ ਅੱਗੇ ਜਿਹੜੇ ਗਰੀਬ ਲੋਕ ਸਾਡੇ ਕੋਲ ਰੋਜ਼ ਦੀ ਰੋਜ਼ ਘੱਟੋ ਘੱਟ 35-40% ਗਰੀਬ ਲੋਕ ਰੋਜ਼ ਆਉਂਦੇ ਨੇ, ਜਿਹਨਾਂ ਨੂੰ ਅਸੀਂ ਫ੍ਰੀ ਦਿੰਦੇ ਹਾਂ ਤੇ ਅਸੀਂ ਉਹਨਾਂ ਨੂੰ ਫ੍ਰੀ ਦਵਾਈ ਜਿਹੜੀ ਉਹ ਪ੍ਰੋਵਾਈਡ ਕਰਾਉਂਦੇ। ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਵੀਰ ਜੀ, ਲੋਕ ਬਹੁਤ ਖੁਸ਼ ਨੇ। ਮਤਲਬ ਤੁਹਾਡੇ ਪੱਟੀ ਏਰੀਆ ਤੋਂ ਲੋਕੀ ਆ ਰਹੇ ਜੇ ਬਾਹਰੋਂ ਆ ਰਹੇ? ਵੀਰ ਜੀ ਮੋਗੇ ਤੋਂ, ਅੰਮ੍ਰਿਤਸਰ ਤੋਂ, ਬਹੁਤ ਦੂਰ ਦੂਰ ਤੋਂ ਲੋਕ ਆ ਰਹੇ ਨੇ, ਘਰੇਆਲੇ ਤੋਂ, ਖੇਮਕਰ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।